ਵਾਲੇ ਸਰਦਾਰ, ਉਹ ਸਰਦਾਰ ਬੁਲਟ ਵਾਲੇ ਬੁਲਟਾਂ ਤੇ ਹੀ ਜੱਜਦੇ, ਉਹ ਸੋਹਣੀਆਂ ਨੱਡੀਆਂ ਦੇ ਅਸੀਂ ਵਹਿਮਰੇ ਵੀ ਕੱਢਦੇ। ਇਹਨੂੰ ਕਹਿੰਦੇ ਆ ਸਿੰਗਰ। ਕਿਆ ਕਲਮਾ ਯਾਰ, ਇੰਟਰਨੈਸ਼ਨਲੀ ਫੇਮਸ ਹੋ ਗਿਆ ਚੀਮਾ ਮੇਰਾ ਬਾਈ। ਸ਼ੋ ਲਾਉਣਾ ਬਾਈ ਆਪੇ ਦਾ ਯਾਰ, ਨਹੀਂ ਆਸਟ੍ਰੇਲੀਆ ਚ ਬਾਈ ਦਾ ਸ਼ੋ ਕਰਾਉਣਾ ਆਪਾਂ। ਆਪਾਂ ਵੈਨਿਊ ਆਲਰੇਡੀ ਡਿਸਾਈਡ ਕਰ ਲਿਆ, ਇੱਥੇ ਹੀ ਸਟੇਜ ਲਵਾਵਾਂਗੇ ਬਾਈ ਦੀ ਆਪਾਂ। ਇੱਧਰ ਬਾਈ ਦੀ ਸਟੇਜ ਲੱਗਣੀ ਆ, ਠੀਕ ਆ, ਇੱਥੇ ਬਾਈ ਦੀ ਸਟੇਜ ਲਾਈ ਜਾਊਗੀ। ਅਤੇ ਕਿਉਂਕਿ ਰਸ਼ ਕਾਫੀ ਹੋਣਾ, ਭੀੜ ਬੜੀ ਹੋਣੀ ਆ, ਠੀਕ ਆ, ਅਤੇ ਸਕਰੀਨ ਵੀ ਪਿੱਛੇ ਲੱਗ ਗਈ ਆ, ਜਿਹਨਾਂ ਨੂੰ ਸਟੇਜ ਦੇ ਕੋਲ ਦਾ ਵਿਊ ਨਹੀਂ ਦਿਖੂਗਾ। ਸਕਰੀਨ ਦਿਖਾ ਦਿਓ ਉੱਧਰ, ਅਤੇ ਆਹ ਸਕਰੀਨ ਆ। ਅਕੋਮੋਡੇਸ਼ਨ ਵੀ ਨੇੜੇ ਹੀ ਆ, ਜਿਹੜਾ ਹੋਟਲ ਆ, ਠੀਕ ਆ ਨਾ, ਇੱਥੇ ਆਪਾਂ ਅਕੋਮੋਡੇਸ਼ਨ ਕੀਤੀ ਆ ਉਹਦੀ, ਤਾਂ ਕਿ ਬਾਹਲੀ ਆਉਣ ਜਾਣ ਦਾ ਬੜਾ ਦਿੱਕਤ ਨਾ ਆਵੇ, ਠੀਕ ਆ। ਸਿਟੀ ਦੇ ਸੈਂਟਰ ਵਿੱਚ ਸਾਰਾ ਕੁਛ ਅਰੇਂਜ ਕੀਤਾ ਆਪਾਂ, ਅਤੇ ਬਾਕੀ ਆਪਣਾ ਬਾਈ ਉੱਧਰ ਜਿਹੜਾ ਮੇਨ ਸਪੋਂਸਰ ਕਰ ਰਿਹਾ, ਵੀਜ਼ੇ ਵੂਜ਼ੇ ਦਾ ਸੌਟ ਅਪ ਕੰਮ ਕਰ ਰਿਹਾ, ਅਤੇ ਉੱਧਰ ਬਾਈ ਆ ਰਿਹਾ, ਫੋਨ 'ਤੇ ਗੱਲ ਚੱਲ ਰਹੀ ਹੈ ਸਪੋਂਸਰਾਂ ਦੇ ਨਾਲ, ਕਰੇਗਾ ਇੱਧਰ, ਠੀਕ ਆ। ਹਾਂ ਬਾਈ ਆ ਗਿਆ ਆਪਣਾ, ਪਹੁੰਚ ਗਿਆ। ਆ ਬਾਈ ਇੱਦਾਂ ਪ੍ਰਭਾਵਿਤ ਹੋਇਆ, ਦੇਖੋ ਦਾੜੀ ਰੱਖਣ ਲੱਗਿਆ ਜਿਵੇਂ ਆਉਂਦਾ। ਚਲੋ ਠੀਕ ਆ, ਕਰਕੇ ਅਰੇਂਜਮੈਂਟ ਮੈਨੂੰ ਸਾਰਾ ਦੱਸ ਦਿਓ, ਠੀਕ ਹੈ। ਬਾਕੀ ਮੇਰੀ ਉਹਦੇ ਵੀਜ਼ੇ ਨਾਲ ਗੱਲ ਹੁੰਦੀ ਪਈ ਆ, ਵੀਜ਼ੇ ਦੀ, ਉਹ ਵੀ ਕਰਕੇ ਤੁਹਾਨੂੰ ਕਰਦਾ ਬੈਕ ਕਾਲ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਹੋਰ ਆਪਾਂ ਚੀਮੇ ਬਾਈ ਦਾ ਪ੍ਰੋਗਰਾਮ ਅਰੇਂਜ ਕਰਦੇ ਪਏ ਹਾਂ, ਅਤੇ ਆਹ ਵੈਨੀ ਹੋਊਗਾ ਇੱਥੇ, ਅਤੇ ਉਹਦੇ ਵੀਜ਼ੇ 'ਤੇ ਵੀ ਗੱਲ ਚੱਲਦੀ ਪਈ ਆ। ਉਹਦੇ ਮੈਂ ਹੁਣੇ ਟਰਨਬੁੱਲ ਨੂੰ ਫੋਨ ਕਰਕੇ ਹਟਿਆ ਸੀ, ਉਹ ਕਹਿੰਦਾ ਕੋਈ ਚੱਕਰ ਨਹੀਂ, ਵੀਜ਼ਾ ਦਵਾ ਦਾਂਗੇ ਜੇ ਮੁੰਡਾ ਟੈਲੈਂਟਡ ਆ। ਮੈਂ ਕਿਹਾ ਬਹੁਤ ਜ਼ਿਆਦਾ ਟੈਲੈਂਟਡ ਆ, ਦੇਖੋ ਦਿਖਾ ਦਿਓ। ਆਹ ਦੇਖੋ ਕਾਲ ਆ ਰਹੀ ਹੈ। ਹਾਂ ਕਾਲ ਹੁਣੇ ਆਈ ਆ, ਫਿਰ ਉਹਦੀ ਬੈਕ ਕਾਲ ਆਈ ਆ ਟਰਨਬੁੱਲ ਦੀ, ਅਤੇ ਉਹ ਕਹਿੰਦਾ ਵੀਜ਼ੇ ਦਾ ਅਰੇਂਜਮੈਂਟ ਹੋ ਜੂਗਾ, ਅਤੇ ਮੈਂ ਵੀਡੀਓ ਕੇ ਫੋਨ ਕੱਟਦਾ ਉਹਦਾ, ਅਤੇ ਫਿਰ ਦੇਖਦਾ। ਬਾਕੀ ਆਹ ਉਹਦੀ ਸਕਰੀਨ ਹੋਊਗੀ ਇੱਥੇ। ਹਾਂ ਇਹ ਸਾਰਾ ਦੱਸਦਾ ਆਪਾਂ, ਅਕੋਮੋਡੇਸ਼ਨ ਦੱਸਤੀ, ਹਾਂ ਇਹ ਸਾਰੀ ਗੱਲਬਾਤ। ਬਾਕੀ ਕੋਈ ਨਹੀਂ, ਆਪਾਂ ਛੇਤੀ ਮਿਲਦੇ ਹਾਂ ਖਾਣਾ ਪੀਣਾ ਛੱਡਤਾ, ਸਿਰਫ ਗਾਣੇ ਸੁਣ ਕੇ ਗੁਜ਼ਾਰਾ ਕਰ ਰਿਹਾ, ਤੇ ਅੱਜ ਦਾ ਇਹ ਹਾਲ ਆ, ਮਤਲਬ ਇਹ ਸਾਰੀ ਬੋਡੀ ਲੂਜ਼ ਕਰ ਰਿਹਾ ਤੇਰੇ ਕਰਕੇ ਬਾਈ, ਇੰਨਾ ਜ਼ਿਆਦਾ ਵੱਡਾ ਫੈਨ ਆ ਤੇਰੇ ਨਾਲ ਦਾ ਟੈਟੂ ਖਣਵਾ ਲਿਆ ਵੀਰੇ, ਤੇਰੇ ਨਾਲ ਦਾ ਟੈਟੂ ਇਹ ਮੈਨੀ ਵੀ ਬਹੁਤ ਵੱਡਾ ਫੈਨ ਤੇਰਾ ਬਾਈ, ਜਲਦੀ ਆ ਯਾਰ ਬਾਈ, ਜਲਦੀ ਆ ਦਰਸ਼ਨ ਨੂੰ ਤੇਰੇ ਦਰਸ਼ਨ ਦੇ ਦੇ ਪਿਆ ਮੇਰੇ। ਬਾਕੀ ਕੋਈ ਚੱਕਰ ਨਹੀਂ, ਤੈਨੂੰ 에어ਪੋਰਟ ਦੇ ਆਪਾਂ ਸਾਰੇ ਪਿਕਅਪ ਕਰਨ ਆਵਾਂਗੇ, ਤੇ ਉੱਥੇ ਮਿਲਦੇ ਤੈਨੂੰ ਸਾਰੇ ਜਾਣੇ, ਫਿਰ ਸਿਕਿਉਰਿਟੀ ਵੀ ਜੈਂਟ ਸਿਕਿਉਰਿਟੀ ਪ੍ਰੋਵਾਈਡ ਕਰਾਂਗੇ। ਬਾਕੀ ਸਿਕਿਉਰਿਟੀ ਤੈਨੂੰ ਆਪਣਾ ਸਿਕਿਉਰਿਟੀ ਦਾ ਬਾਈ ਹੈਗਾ ਵਾ ਗਗਨ ਬਾਈ, ਵੀ ਜੈਂਟ ਸਿਕਿਉਰਿਟੀ ਪ੍ਰੋਵਾਈਡ ਕਰਨੀ ਆ, ਕੋਈ ਟੈਨਸ਼ਨ ਨਹੀਂ ਲੈਣੀ ਸਿਕਿਉਰਿਟੀ ਬਾਈ। ਤੇਰੇ ਬਹੁਤ ਵੱਡੇ ਫੈਨ ਆ ਯਾਰ, ਬਹੁਤ ਜ਼ਿਆਦਾ ਵੱਡੇ ਫੈਨ ਆ, ਦੁਨੀਆ 'ਚ ਸਾਡੇ ਨਾਲੋਂ ਵੱਡਾ ਤੇਰਾ ਬਾਈ। ਸਾਨੂੰ ਗਾਣੇ ਚਾਹੀਦੇ ਨੇ ਵੀਰੇ, ਗਾਣਿਆਂ ਦੀ ਹਨੇਰੀ ਲਿਆਵੇ, ਠੀਕ ਆ, ਗਾਣੇ ਚਾਹੀਦੇ ਲੋਕਾਂ ਦੀ ਪਰਵਾਹ ਨਾ ਕਰ ਬਾਈ, ਲੋਕੀ ਲੋਕਾਂ ਕੀ ਕਹਿ ਰਹੇ ਕੀ ਨਹੀਂ, ਅਸੀਂ ਕਲਮ ਦੇ ਧਿਆਨ ਰੱਖੀ ਬਸ। ਤੇਰੇ ਫੈਨ ਬਹੁਤ, ਇੱਥੇ ਬਹੁਤ ਮੁੰਡੇ ਮੈਨੂੰ ਮਿਲੇ ਕਹਿੰਦੇ ਸ਼ੋਅ ਕਰਾਉਣਾ ਬਾਈ ਦਾ, ਸ਼ੋਅ ਕਰਾਉਣਾ ਸੋ ਅਸੀਂ ਇਕੱਠੇ ਹੋ ਗਏ ਸਾਰੇ ਯਾਰ। ਜਿੰਨੇ ਗੋਰਿਆਂ ਨੂੰ ਗਾਣਾ ਸੁਣਾਉਂਦੇ ਆ, ਅਗਲੇ ਦੁਬਾਰਾ ਸੁਣਦੇ ਆ, ਅਗਲੇ ਹਰੇਕ ਫੋਨ 'ਚ ਤੇਰਾ ਗਾਣਾ ਸਭ ਤੋਂ ਗੋਰੇ ਵੀ ਰੱਖੀ ਫਿਰਦੇ ਆ ਆਪਦੇ ਫੋਨ 'ਚ ਗਾਣੇ ਤੇਰੇ। ਕਲਾ ਰਾਤੀ ਮੈਂ ਟੈਕਸੀ ਚਲਾਈ ਜਾਂਦਾ ਸੀ, ਤੇ ਗਾਣੇ ਬਾਈ ਦੇ ਲੱਗੇ ਸੀ, ਹਰ ਕੋਈ ਪੁੱਛਦਾ ਸੀ ਕਿਹੜਾ ਸਿੰਗਰ ਆ, ਫਿਰ ਮੈਂ ਇਹਨਾਂ ਨੂੰ ਫੇਸਬੁੱਕ ਤੇ ਵੀਡੀਓ ਦਿਖਾਉਂਦੇ ਸੀ, ਉਹ ਕਹਿੰਦੇ ਕਿ ਫੈਬੂਲਸ, ਉਹਨਾਂ ਦੇ ਫੋਲੋ ਵੀ ਕਰਨ ਲੱਗ ਗਏ। ਗੱਲ ਤਾਂ ਹੋਈ ਆ ਨਾ, ਕਲਾ ਕਦੇ ਲੁਕੀ ਨਹੀਂ ਰਹਿੰਦੀ, ਬਾਕੀ ਬਾਈ ਦੀਆਂ ਵੀਡੀਓ ਦਾ ਸਾਰਿਆਂ ਨੂੰ ਇੰਤਜ਼ਾਰ ਰਹਿੰਦਾ ਬਾਈ, ਰੋਜ਼ ਪਾ ਕਰ ਵੀਡੀਓ ਨਵੀਂ ਤੋਂ ਨਵੀਂ ਬਾਈ। ਸਿਰਫ ਤੇਰੇ ਕਰਕੇ ਦੇਖੋ, ਸਾਰੇ ਕੰਮ ਛੱਡ ਕੇ ਆਏ ਨੇ, ਆਹ ਬੰਦੇ ਦਾ ਰੈਸਟੋਰੈਂਟ ਹੈਗਾ, ਆਹ ਬੰਦੇ ਦਾ ਕਾਰ ਵਾਸ਼ ਆ ਨਾ ਆਪਣਾ, ਸਾਡਾ ਵੀ ਸਿਕਿਉਰਿਟੀ ਦਾ ਤੇਰਾ ਸ਼ੋਅ ਕਰਾਉਣ ਵਾਸਤੇ ਵੀਰੇ ਸਾਰੇ ਇਕੱਠੇ ਹੋਏ ਅਸੀਂ ਮੈਨੇਜ ਕਰਨਾ। ਨਾਲੇ ਵੀਰੇ ਜਿਹੜਾ ਤੇਰਾ ਵੀਡੀਓ ਵਾਲਾ ਸਾਨੂੰ, ਜਿਹੜੇ ਤੂੰ ਖੇਤਾਂ 'ਚ ਜਾ ਕੇ ਵੀਡੀਓ ਪਾਉਣਾ, ਉਹ ਵੀਡੀਓ ਸਾਨੂੰ ਸਭ ਤੋਂ ਜ਼ਿਆਦਾ ਪਸੰਦ ਆਉਂਦੀ ਹੈ, ਸਟਾਈਲ ਬਹੁਤ ਸੋਹਣਾ ਤੇਰਾ। ਤੇ ਓਕੇ ਵੀਰੇ, ਹੈਂ ਥੈਂਕ ਯੂ, ਬਹੁਤ ਤਰੱਕੀਆਂ ਕਰੇ, ਜਲਦੀ ਤੋਂ ਜਲਦੀ ਆਸਟ੍ਰੇਲੀਆ ਪਹੁੰਚ, ਤੈਨੂੰ ਲੋਕ ਬਹੁਤ ਇੰਤਜ਼ਾਰ ਕਰ ਰਹੇ, ਔਰ ਸਾਰੇ ਪੰਜਾਬੀ ਤੇ ਸਾਰੇ ਗੋਰੇ। ਲਵ ਯੂ ਟੂ ਵੀਰੇ, ਲਵ ਯੂ ਆਲ, ਲਵ ਯੂ ਆਲ, ਲਵ ਯੂ ਆਲ।